ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜਗਲੂ এডੂਕੇਸ਼ਨ ਵਿੱਚ ਜਿਹੜੀ ਆਪਾਂ ਲੜੀ ਚਲਾਈ ਹੋਈ ਹੈ ਨਰੇਸ਼ਨ ਪੰਜਾਬੀ ਚ ਆਪਾਂ ਨਰੇਸ਼ਨ ਕਰ ਰਹੇ ਹਾਂ ਪੂਰੇ ਡਿਟੇਲ ਚ ਉਹਦਾ ਪਹਿਲਾ ਪਾਰਟ ਕਰ ਲਿਆ ਤੇ ਅੱਜ ਆਪਾਂ ਪਾਰਟ 2 ਤੇ ਆ ਗਏ ਜੇ ਤੁਸੀਂ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਉਹ ਜ਼ਰੂਰ ਦੇਖ ਲਿਓ ਕਿਉਂਕਿ ਉਹਦੇ ਚ ਆਪਾਂ ਸਾਰੀ ਪੂਰੀ ਜਾਣਕਾਰੀ ਦਿੱਤੀ ਹੈ ਵੀ ਨਰੇਸ਼ਨ ਚੀਜ਼ ਕੀ ਹੈ ਹੁੰਦਾ ਕੀ ਆ ਪੂਰੀ ਵਧੀਆ ਇੰਟਰੋਡਕਟਰੀ ਵੀਡੀਓ ਆਪਾਂ ਬਣਾਈ ਆ ਉਹ ਜ਼ਰੂਰ ਦੇਖ ਲਿਓ ਤੇ ਲਓ ਜੀ ਅੱਜ ਆਪਾਂ ਸ਼ੁਰੂ ਕਰਦੇ ਆ ਦੂਜਾ ਪਾਰਟ ਤੇ ਪਹਿਲਾ ਰੂਲ ਹੁਣ ਆਪਾਂ ਕਰਾਂਗੇ ਵੀ ਡਾਇਰੈਕਟ ਸਪੀਚ ਤੋਂ ਜਦੋਂ ਅਸੀਂ ਇਨਡਾਇਰੈਕਟ ਸਪੀਚ ਚ ਲਿਖਣਾ ਕੋਈ ਵਾਕ ਤਾਂ ਉਹਦਾ ਪਹਿਲਾ ਰੂਲ ਆ ਉਹ ਕੀ ਆ ਪਹਿਲੇ ਰੂਲ ਦੇ ਵਿੱਚ ਦੇਖੋ ਆਪਾਂ ਦੇਖਣਾ ਰਿਪੋਰਟਿੰਗ ਵਰਬ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਆਪਾਂ ਨੂੰ ਡਾਇਰੈਕਟ ਸਪੀਚ 'ਚ ਰਿਪੋਰਟਿੰਗ ਵਰਬ ਦਿੱਤਾ ਹੁੰਦਾ ਉਹ ਤੇ ਨਿਗਾ ਬਣਾਉਣੀ ਆ ਉਹਨੂੰ ਚੈੱਕ ਕਰ ਲੈਣਾ ਫਿਰ ਦੇਖਣਾ ਉਹ ਕਿਹੜੇ ਟੈਂਸ 'ਚ ਆ ਪ੍ਰੈਜ਼ੈਂਟ 'ਚ ਆ ਪਾਸਟ 'ਚ ਆ ਜਾਂ ਫਿਊਚਰ 'ਚ ਆ ਤੇ ਅੱਜ ਵਾਲਾ ਜਿਹੜਾ ਰੂਲ ਆ ਉਹ ਪ੍ਰੈਜ਼ੈਂਟ ਤੇ ਫਿਊਚਰ ਤੇ ਲਾਗੂ ਹੁੰਦਾ ਜੇ ਆਪਣੇ ਕੋਲ ਜਿਹੜਾ ਰਿਪੋਰਟਿੰਗ ਵਰਬ ਆ ਉਹ ਚਾਹੇ ਪ੍ਰੈਜ਼ੈਂਟ 'ਚ ਆ ਚਾਹੇ ਫਿਊਚਰ 'ਚ ਆ ਤਾਂ ਫੇਰ ਆਪਾਂ ਜਦੋਂ ਡਾਇਰੈਕਟ ਸਪੀਚ ਤੋਂ ਇਨਡਾਇਰੈਕਟ ਸਪੀਚ 'ਚ ਲੈ ਕੇ ਆਉਣਾ ਉਦੋਂ ਆਪਾਂ ਕੋਈ ਚੇਂਜ ਨਹੀਂ ਕਰਾਂਗੇ ਟੈਂਸ ਚ ਜਿਹੜੀ ਆਪਣੇ ਕੋਲੇ ਇਹ ਗੱਲ ਦੇਖੋ ਲਿਖੀ ਆ ਕੋਈ ਵੀ ਸਟੇਟਮੈਂਟ ਲਿਖੀ ਆ ਨਾ ਇਨਵਰਟਡ ਕਾਮਾਸ ਚ ਆਪਾਂ ਲਿਖੀ ਹੋਈ ਆ ਜਿਹੜਾ ਇਹਦਾ ਟੈਂਸ ਆ ਆਪਾਂ ਉਹੀ ਟੈਂਸ ਰੱਖਾਂਗੇ ਆਪਾਂ ਟੈਂਸ ਚੇਂਜ ਨਹੀਂ ਕਰਨਾ ਜੇ ਆਪਣੇ ਕੋਲੇ ਜਿਹੜਾ ਰਿਪੋਰਟਿੰਗ ਵਰਬ ਆ ਉਹ ਕਾਦੇ ਜਾਂ ਪ੍ਰੈਜ਼ੈਂਟ ਜਾਂ ਫਿਊਚਰ ਚ ਹੁਣ ਜਦੋਂ ਆਪਾਂ ਉਦਾਹਰਨਾ ਲੈ ਕੇ ਕਰਾਂਗੇ ਤੁਹਾਨੂੰ ਜਮ੍ਹਾਂ ਹੀ ਸਮਝ ਆ ਜਾਣਾ ਪਹਿਲੀ ਉਦਾਹਰਨ ਦੇਖੋ ਆਪਣੇ ਕੋਲੇ ਹੀ ਸੇਜ਼ ਆਈ ਏਮ ਕਮਿੰਗ ਹੁਣ ਆਪਾਂ ਰਿਪੋਰਟਿੰਗ ਵਰਬ ਚੈੱਕ ਕਰਨਾ ਸਭ ਨਾਲੋਂ ਪਹਿਲਾਂ ਜੇ ਤੁਸੀਂ ਪਹਿਲਾ ਪਾਰਟ ਦੇਖਿਆ ਨਾ ਤਾਂ ਤੁਹਾਨੂੰ ਰਿਪੋਰਟਿੰਗ ਵਰਬ ਉਹਦੀ ਸਮਝ ਆ ਜਾਣਾ ਵੀ ਹਾਂ ਆ ਪਿਆ ਰਿਪੋਰਟਿੰਗ ਵਰਬ ਰਿਪੋਰਟਿੰਗ ਵਰਬ ਆ ਹੁੰਦਾ ਜਿਹੜਾ ਇੱਥੇ ਲੱਗਿਆ ਹੋਇਆ ਹੀ ਤੋਂ ਬਾਦ ਉਹਰੇ ਸੇਜ਼ ਹਨਾ ਟੈਲਸ ਇੱਥੇ ਜਿਹੜਾ ਆਜੂ ਆਸਕਸ ਕਹਿ ਸਕਦੇ ਆਂ ਆਪਾਂ ਹੁਣ ਇੱਥੇ ਸੇਜ਼ ਲੱਗਿਆ ਹੋਇਆ ਹੀ ਸੇਜ਼ ਲਓ ਜੀ ਆਪਾਂ ਆਪਣਾ ਰਿਪੋਰਟਿੰਗ ਵਰਬ ਕੱਢ ਲਿਆ ਸੇਜ਼ ਹੁਣ ਆਪਾਂ ਨੂੰ ਪਤਾ ਵੀ ਇਹ ਹੈਗਾ ਪ੍ਰੈਜ਼ੈਂਟ ਚ ਹੈਗਾ ਨਾ ਪ੍ਰੈਜ਼ੈਂਟ ਚ ਇਹ ਆ ਗਿਆ ਭਾਈ ਪ੍ਰੈਜ਼ੈਂਟ ਚ ਇਹਦਾ ਮਤਲਬ ਇਹ ਰੂਲ ਲਾਗੂ ਹੋਊਗਾ ਪਹਿਲਾ ਰੂਲ ਜਦੋਂ ਇਹ ਪ੍ਰੈਜ਼ੈਂਟ ਚ ਆ ਤੇ ਫਿਰ ਇਹਨੂੰ ਜਦੋਂ ਆਪਾਂ ਇੰਡਾਇਰੈਕਟ ਸਪੀਚ ਚ ਲਿਖਣਾ ਤਾਂ ਫਿਰ ਜਿਹੜਾ ਇਹ ਇਨਵਰਟਡ ਕਾਮਿਆਂ ਚ ਲਿਖਿਆ ਹੋਇਆ ਵਾਕ ਆ ਇਹਦਾ ਟੈਂਸ ਚੇਂਜ ਨਹੀਂ ਹੋਊਗਾ ਇਹ ਉਸੇ ਟੈਂਸ ਚ ਹੀ ਲਿਖਿਆ ਜਾਊਗਾ ਟੈਂਸ ਬਦਲਣਾ ਨਹੀਂ ਫਿਰ ਆਪਾਂ ਹੁਣ ਇੱਥੇ ਦੇਖੋ ਲਿਖਿਆ ਹੋਇਆ ਆਈ ਐਮ ਕਮਿੰਗ ਆਪਾਂ ਨੂੰ ਪਤਾ ਇਹ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਚ ਲਿਖਿਆ ਹੋਇਆ ਠੀਕ ਹੈ ਜੀ ਫਿਰ ਜਦੋਂ ਇਹਨੂੰ ਆਪਾਂ ਥੱਲੇ ਲਿਖਣਾ ਤਾਂ ਆਪਾਂ ਇਹਦਾ ਟੈਂਸ ਨਹੀਂ ਚੇਂਜ ਕਰਨਾ ਉੱਥੇ ਵੀ ਆਪਾਂ ਪ੍ਰੈਜ਼ੈਂਟ ਕੰ ਆਪਾਂ ਬਣਾਉਣ ਲੱਗਦੇ ਆਂ ਦੇਖੋ ਆਪਾਂ ਪਿਛਲੀ ਵੀਡੀਓ 'ਚ ਸਾਰਾ ਕਰ ਲਿਆ ਸੀ ਵੀ ਆਪਾਂ ਕੀ ਕਰਨਾ ਹੁੰਦਾ ਆਹ ਕੌਮਾ ਕੱਟਣਾ ਆਹ ਕੌਮੇ ਕੱਟਣੇ ਨੇ ਤੇ ਇਹਨਾਂ ਨੂੰ ਕਿਵੇਂ-ਕਿਵੇਂ ਆਪਾਂ ਟਰਾਂਸਫਾਰਮ ਕਰਨਾ ਸੇਜ਼ ਤੋਂ ਬਾਅਦ ਡੈਟ ਲੱਗੂਗਾ ਹੀ ਸੇਜ਼ ਥੈਟ ਹਨਾ ਲਾਤਾ ਉਸ ਤੋਂ ਬਾਅਦ ਆਈ ਐਮ ਕਮਿੰਗ ਆਪਾਂ ਨੂੰ ਪਤਾ ਵੀ ਜਿਹੜਾ ਇੱਥੇ ਫਰਸਟ ਪਰਸਨ ਪ੍ਰੋਨਾਉਨ ਹੁੰਦਾ ਆਈ ਲੱਗਿਆ ਹੋਇਆ ਤਾਂ ਆਈ ਇਹਦੇ ਹਿਸਾਬ ਨਾਲ ਚੇਂਜ ਹੋ ਜਾਂਦਾ ਹੁੰਦਾ ਸਬਜੈਕਟ ਦੇ ਹਿਸਾਬ ਨਾਲ ਜਿਹੜਾ ਰਿਪੋਰਟਿੰਗ ਵਰਬ ਦਾ ਸਬਜੈਕਟ ਆ ਇੱਥੇ ਰੀਪੋਰਟਿੰਗ ਬਾਵਦ ਸਬਜੈਕਟ ਇਥੇ ਹੀ ਹੈ ਨਾ ਇਹ ਹੀ ਦੇ ਹਿਸਾਬ ਨਾਲ ਚੇਂਜ ਹੋਊਗਾ ਆਈ ਐਮ ਕਮਿੰਗ ਕਿਹਾ ਆਈ ਨੂੰ ਹੀ ਦੇ ਹਿਸਾਬ ਨਾਲ ਚੇਂਜ ਕਰਾਂਗੇ ਆਪਾਂ ਹੀ ਲਿਖਤਾ ਤੇ ਪ੍ਰੈਜ਼ੈਂਟ ਕੰਟੀਨਿਊਸ ਚ ਪਤਾ ਆਪਾਂ ਨੂੰ ਇਜ਼ ਐਮ ਆਰ ਲੱਗਦਾ ਹੁੰਦਾ ਇਥੇ ਆਈ ਸੀ ਤਾਂ ਹੀ ਐਮ ਲਾਤਾ ਪਰ ਹੀ ਦੇ ਨਾਲ ਤਾਂ ਇਜ਼ ਆਊਗਾ ਇਹ ਤਾਂ ਸਾਨੂੰ ਪਤਾ ਹੀ ਇਹ ਰੂਲ ਹੀ ਇਜ਼ ਕਮਿੰਗ ਦਾ ਕਮਿੰਗ ਲਿਖਤਾ ਇਹ ਬਣ ਗਿਆ ਆਪਣੇ ਕੋਲੇ ਪੂਰਾ ਵਾਕ ਦੇਖੋ ਆਪਾਂ ਕੀ ਕੀ ਕੁਸ਼ ਕਰਤਾ ਇਹ ਡਾਇਰੈਕਟ ਸਪੀਚ ਚ ਲਿਖਿਆ ਹੋਇਆ ਸੀ ਡਾਇਰੈਕਟ ਸਪੀਚ ਮਤਲਬ ਜਦੋਂ ਆਪਾਂ ਕਿਸੇ ਦੀ ਕਹੀ ਗੱਲ ਨੂੰ ਐਂ ਲਿਖ ਦਿੰਨੇ ਆ ਹਨਾ ਉਹਨੇ ਜੋ ਕਿਹਾ ਸੀ ਉਹ ਹੋ ਮੇ ਲਿਖਤਾ ਹੁਣ ਇਹਨੂੰ ਇਨਡਾਇਰੈਕਟ ਸਪੀਚ ਜਦੋਂ ਆਪਾਂ ਲਿਖਣਾ ਇੱਕ ਤਾਂ ਆਪਾਂ 댓 ਸ਼ਬਦ لے ਆਏ ਆਈ ਦਾ ਹੀ ਬਣਾ ਲਿਆ ਇਜ਼ ਕਮਿੰਗ ਠੀਕ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਬਹੁਤ ਵਧੀਆ ਸਮਝ ਆ ਗਿਆ ਹੋਊਗਾ ਤੁਹਾਨੂੰ ਇਹ ਚ ਕੋਈ ਦਿੱਕਤ ਆਈ ਨਹੀਂ ਹੋਣੀ ਇਹਨੂੰ ਪੰਜਾਬੀ ਚ ਕਰਕੇ ਦੇਖ ਲਓ ਉਹ ਕਹਿੰਦਾ ਹੈ ਮੈਂ ਆ ਰਿਹਾ ਹਾਂ ਇੱਥੇ ਉਹ ਕਹਿੰਦਾ ਹੈ ਕਿ ਉਹ ਆ ਰਿਹਾ ਹੈ ਫਰਕ ਦੇਖੋ ਕੋਈ ਨਹੀਂ ਪਿਆ ਇਹ ਆਪਣੇ ਕਹਿਣ ਦੀ ਗੱਲ ਆ ਆਪਣਾ ਤਰੀਕਾ ਹੈਗਾ ਵੀ ਡਾਇਰੈਕਟ ਚ ਲਿਖਿਆ ਆਪਾਂ ਕ ਇਥੇ ਇਨਡਾਇਰੈਕਟ ਚ ਲਿਖਿਆ ਹੁਣ ਅੱਗੇ ਦੇਖੋ ਅੱਗੇ ਕੀ ਹੁੰਦਾ ਜਿਹੜਾ ਕਈ ਵਾਰੀ ਰਿਪੋਰਟਿੰਗ ਵਾਅਬ ਹੁੰਦਾ ਨਾ ਉਹ ਸਾਨੂੰ ਪੰਗਾ ਪਾ ਦਿੰਦਾ ਸਾਨੂੰ ਅਲਝਾ ਲੈਂਦਾ ਹੁਣ ਮੰਨ ਲਓ ਇਥੇ ਸੇਜ਼ ਆ ਸੇਜ਼ ਤਾਂ ਆਪਾਂ ਫੜ ਕੇ ਸਿੱਧਾ ਹੀ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਪ੍ਰੈਜ਼ੈਂਟ ਆ ਇਥੇ ਜੇ ਆ ਜਾਂਦਾ ਹੀ ਹੈਜ਼ ਸੈਡ ਸੋਚ ਕੇ ਦੇਖੋ ਹੀ ਹੈਜ਼ ਸੈਡ ਇਥੇ ਜੇ ਲਿਖਿਆ ਆਉਂਦਾ ਤਾਂ ਆਪਾਂ ਸੋਚਦੇ ਵੀ ਯਾਰ ਇਥੇ ਸੈਡ ਸ਼ਬਦ ਆ ਗਿਆ ਸੈਡ ਤਾਂ ਪਾਸਟ ਹੁੰਦਾ ਆਪਾਂ ਕਹਿੰਦੇ ਇਹਦਾ ਪਾਸਟ ਆ ਪਰੇ ਪਾਸਟ ਨਹੀਂ ਹੈਗਾ ਹੈਜ਼ ਸੈਡ ਲੱਗਿਆ ਸੋਚ ਕੇ ਦੇਖੋ ਇਹ ਪ੍ਰੈਜ਼ੈਂਟ ਪਰਫੈਕਟ ਆ ਆਪਾਂ ਪ੍ਰੈਜ਼ੈਂਟ ਪਰਫੈਕਟ ਚ ਕੀ ਕਰਦੇ ਹੁੰਨੇ ਆ ਹੈਜ਼ ਹੈਵ ਦੇ ਨਾਲ ਵਰਬ ਦੀ ਤੀਜੀ ਫਾਰਮ ਲਾਉਣੀ ਹੁੰਦੀ ਹੈ ਨਾ ਉਵੇਂ ਆ ਸਬਜੈਕਟ ਹੈਜ਼ ਹੈਵ ਉਦੋਂ ਬਾਅਦ ਵਰਬ ਦੀ ਤੀਜੀ ਫਾਰਮ ਹੀ ਹੈਜ਼ ਸੈਡ ਹੈਗਾ ਇਹ ਪ੍ਰੈਜ਼ੈਂਟ ਪਰਫੈਕਟ ਹੀ ਆ ਜਿਹੜਾ ਇਹ ਆਪਣਾ ਰਿਪੋਰਟਿੰਗ ਵਰਬ ਆ ਨਾ ਇਹਨੂੰ ਜਦੋਂ ਅਸੀਂ ਸਮਾਰ ਕੇ ਚੈੱਕ ਕਰਾਂਗੇ ਪ੍ਰੈਜ਼ੈਂਟ ਹੀ ਆ ਜਾਊਗਾ ਪ੍ਰੈਜ਼ੈਂਟ ਟੈਂਸ ਚ ਤੇ ਜਦੋਂ ਪ੍ਰੈਜ਼ੈਂਟ ਟੈਂਸ ਆ ਗਿਆ ਉਦੋਂ ਆਪਾਂ ਕੋਈ ਚੇਂਜ ਨਹੀਂ ਕਰਨੀ ਜੇ ਇੱਥੇ ਲਿਖਿਆ ਹੁੰਦਾ ਹੀ ਹੈਜ਼ ਸੈਡ ਆਈ ਐਮ ਕਮਿੰਗ ਹਨਾ ਐਂ ਬਣਾਇਆ ਹੁੰਦਾ ਇੱਥੇ ਫੇਰ ਵੀ ਆਪਾਂ ਸੇਮ ਤਰੀਕੇ ਦੇ ਨਾਲ ਹੀ ਕਰਨਾ ਸੀ ਹੀ ਹੈਜ਼ ਸੈਡ ਥੈਟ ਹੀ ਇਜ਼ ਕਮਿੰਗ ਫਰਕ ਕੋਈ ਫੇਰ ਨਹੀਂ ਪੈਣਾ ਸੀ ਬਸ ਇੱਕ ਗੱਲ ਆਪਾਂ ਇੱਥੇ ਉਲਝਣਾ ਨਹੀਂ ਸੈਡ ਦੇਖ ਕੇ ਆਪਾਂ ਭੱਜ ਨਹੀਂ ਲੈਣਾ ਬੀ ਇਹ ਤਾਂ ਪਾਸਟ ਜਵਾ ਗਿਆ ਆਪਾਂ ਨਾਲ ਹੈਜ਼ ਵੀ ਚੈੱਕ ਕਰਨਾ ਜੇ ਹੈਜ਼ ਨਾ ਹੁੰਦਾ ਕੱਲਾ ਸੈੱਡ ਹੁੰਦਾ ਫੇਰ ਠੀਕ ਸੀ ਗੱਲ ਪਰ ਇੱਥੇ ਉਹਨਾਂ ਨੇ ਹੈਜ਼ ਵੀ ਲਾਤਾ ਆਪਾਂ ਥੋੜਾ ਜਿਹਾ ਧਿਆਨ ਬਣਾ ਕੇ ਰੱਖਣਾ ਇਹ ਚੀਜ਼ 'ਚ ਉਲਝਣਾ ਨਹੀਂ ਠੀਕ ਹੈ ਜੀ ਹੁਣ ਅਗਲੀ ਗੱਲ ਆ ਜਿਹੜੀ ਤੁਹਾਡੇ ਦਿਮਾਗ 'ਚ ਪ੍ਰਸ਼ਨ ਉੱਠ ਰਹੇ ਹੋਣਗੇ ਉਹ ਪ੍ਰਸ਼ਨ ਪਤਾ ਕੀ ਨੇ ਤੁਸੀਂ ਸੋਚ ਰਹੇ ਹੋਗੇ ਵੀ ਜੇ ਇੱਥੇ ਆਈ ਦੀ ਥਾਂ ਤੇ ਹੀ ਹੁੰਦਾ ਪਹਿਲਾਂ ਹੀ ਹੀ ਲਿਖਿਆ ਹੁੰਦਾ ਹੀ ਇਜ਼ ਕਮਿੰਗ ਫੇਰ ਆਪਾਂ ਹੀ ਨੂੰ ਕਿਵੇਂ ਚੇਂਜ ਕਰਦੇ ਫੇਰ ਆਪਾਂ ਕੀ ਹੀ ਨੂੰ ਚੇਂਜ ਕਰਨਾ ਸੀ ਹੀ ਦਾ ਹੀ ਉਹੀ ਰਹਿ ਜਾਂਦਾ ਇੱਥੇ ਹੀ ਲਿਖ ਦਿੰਦੇ ਹੀ ਇਜ਼ ਕਮਿੰਗ ਕਿਉਂਕਿ ਇਹ ਥਰਡ ਪਰਸਨ ਪ੍ਰਨਾਉਨ ਆ ਇਹਨੂੰ ਆਪਾਂ ਓਮ ਹੀ ਰੱਖ ਦਿੰਨੇ ਹੁੰਦੇ ਇਹਨੂੰ ਚੇਂਜ ਨਹੀਂ ਕਰਦੇ ਹੁੰਦੇ ਹੀ ਆ ਜੇ ਸ਼ੀ ਆ ਜੇ ਹਨਾ ਆਪਾਂ ਸੇਮ ਲਿਖ ਦਾਂਗੇ ਸ਼ੀ ਇਜ਼ ਕਮਿੰਗ ਓਕੇ ਹੋ ਗਈ ਗੱਲ ਹੁਣ ਉਸ ਤੋਂ ਬਾਅਦ ਜੇ ਇੱਥੇ ਦੀ ਥਾਂ ਤੇ ਕੋਈ ਹੋਰ ਨਾਉਨ ਆ ਜਾਂਦਾ ਜੇ ਇੱਥੇ ਲਿਖਿਆ ਹੁੰਦਾ ਦਾ ਬੋਏ ਇਜ਼ ਕਮਿੰਗ ਜਾਂ ਦਾ ਗਰਲ ਇਜ਼ ਕਮਿੰਗ ਫੇਰ ਵੀ ਨਹੀਂ ਚੇਂਜ ਹੋਣਾ ਸੀ ਕਿਉਂਕਿ ਦਾ ਬੋਏ ਆਇਆ ਤਾਂ ਉਹਦਾ ਦਾ ਬੋਏ ਹੀ ਰਹੂਗਾ ਇੱਥੇ ਆਪਾਂ ਫੇਰ ਦਾ ਬੋਏ ਲਿਖ ਦਿੰਦੇ ਦਾ ਬੋਏ ਇਜ਼ ਕਮਿੰਗ ਫੇਰ ਵੀ ਸੇਮ ਹੀ ਰਹਿੰਦਾ ਫੇਰ ਵੀ ਨਹੀਂ ਚੇਂਜ ਹੋਣਾ ਸੀ ਕੋਈ ਗੱਲ ਨਹੀਂ ਟੈਨਸ਼ਨ ਤੁਸੀਂ ਲੈਣੀ ਨਹੀਂ ਅੱਜ ਇਹ ਪਹਿਲਾ ਰੂਲ ਸਿੱਖ ਲਓ ਅਗਲੀ ਵੀਡੀਓ 'ਚ ਆਪਾਂ ਇਹ ਜਿੰਨਾ ਆਪਾਂ ਸਾਰਾ ਡਿਸਕਸ ਕੀਤਾ ਹਨ ਪ੍ਰੋਨਾਉਨਸ ਕਿਵੇਂ ਚੇਂਜ ਹੋ ਰਹੇ ਆ ਉਹ 'ਚ ਆਪਾਂ ਸਾਰਾ ਪੂਰੇ ਡਿਟੇਲ 'ਚ ਗੱਲ ਕਰਾਂਗੇ ਤੁਹਾਨੂੰ ਫੇਰ ਪੂਰਾ ਵਧੀਆ ਸਮਝ ਆ ਜਾਊਗਾ ਬਸ ਇਹ ਆਪਾਂ ਇੱਥੇ ਵੀ ਪੂਰਾ ਕਲੀਅਰਲੀ ਤੁਹਾਨੂੰ ਦੱਸਦਾ ਵੀ ਕਿਵੇਂ-ਕਿਵੇਂ ਚੇਂਜ ਹੋਣਾ ਜੇ ਫਸਟ ਪਰਸਨ ਪ੍ਰੋਨਾਉਨ ਆ ਆਈ ਤਾਂ ਉਹਨੂੰ ਸਬਜੈਕਟ ਦੇ ਹਿਸਾਬ ਨਾਲ ਚੇਂਜ ਕਰ ਲਓ ਜੇ ਥਰਡ ਪਰਸਨ ਹੈ ਹੀ ਸ਼ੀ ਆ ਫਿਰ ਉਹ ਚੇਂਜ ਨਹੀਂ ਹੋਊਗਾ ਜੇ ਕੋਈ ਵੀ ਨਾਉਨ ਆ ਦਾ ਬੋਏ ਦਾ ਗਲ ਦਾ ਮੈਨ ਦਾ ਵੂਮਨ ਕੋਈ ਵੀ ਆ ਤਾਂ ਫਿਰ ਉਹ ਵੀ ਚੇਂਜ ਨਹੀਂ ਹੋਊਗਾ ਠੀਕ ਹੈ ਜੀ ਹੋ ਗਈ ਗੱਲ ਇਹ ਚੋ ਜਿਹੜੇ ਮੇਨ ਮੇਨ ਗੱਲਾਂ ਸੀ ਉਹ ਆਪਾਂ ਸਾਰੀਆਂ ਦੱਸ ਦਿੱਤੀਆਂ ਹੁਣ ਅੱਗੇ ਆ ਗਿਆ ਫਿਊਚਰ ਫਿਊਚਰ ਚ ਕੀ ਹੁੰਦਾ ਜਿਹੜਾ ਆਪਣਾ ਰਿਪੋਰਟਿੰਗ ਵਰਬ ਆ ਜੇ ਫਿਊਚਰ ਚ ਆ ਤਾਂ ਵੀ ਨੋ ਚੇਂਜ ਹੋਊਗੀ ਜਿਹੜਾ ਇੱਥੇ ਇਨਵਰਟਡ ਕਾਮਾ ਚ ਲਿਖਿਆ ਹੈਗਾ ਵਾਕ ਆ ਉਹਦਾ ਟੈਂਸ ਆਪਾਂ ਨਹੀਂ ਚੇਂਜ ਕਰਨਾ ਟੈਂਸ ਆਪਾਂ ਸੇਮ ਰੱਖਣਾ ਧਿਆਨ ਦਿਓ ਟੈਂਸ ਦੀ ਗੱਲ ਕਰ ਰਹੇ ਆ ਵੀ ਆਪਾਂ ਟੈਂਸ ਨਹੀਂ ਬਦਲਣਾ ਜਿਹੜੇ ਵੀ ਟੈਂਸ ਚ ਉਹ ਲਿਖਿਆ ਹੋਊਗਾ ਉਹਦੇ ਚ ਹੀ ਲਿਖਣਾ ਆਪਾਂ ਪੜਦੇ ਆ ਵਾਕ ਹੀ ਵਿਲ ਸੇ ਦੇਖੋ ਵਿਲ ਸੇ ਆ ਗਿਆ ਵਿਲ ਸੇ ਪੜਨ ਅਨਸਾਰ ਤੁਸੀਂ ਕਹਤਾ ਭਾਈ ਵੀ ਜਿਹੜਾ ਇਹਦਾ ਰਿਪੋਰਟਿੰਗ ਵਰਬ ਆ ਉਹ ਫਿਊਚਰ ਚ ਆ ਸਾਨੂੰ ਲੱਗ ਗਿਆ ਪਤਾ ਕਲੀਅਰ ਹੋ ਗਈ ਗੱਲ ਹੁਣ ਉਸ ਤੋਂ ਬਾਅਦ ਆ ਇਨਵਰਟਡ ਕਾਮਾ ਚ ਜਿਹੜੀ ਗੱਲ ਲਿਖੀ ਹੈ ਇਹਦਾ ਟੈਂਸ ਅਸੀਂ ਨਹੀਂ ਚੇਂਜ ਕਰਨਾ ਅਗਲਾ ਕੰਮ ਇਹ ਕਰਨਾ ਕਿਉਂਕਿ ਇਹ ਸਾਨੂੰ ਪਹਿਲਾ ਰੂਲ ਸਿਖਾਉਂਦਾ ਇਹ ਆਪਾਂ ਪਤਾ ਕਰ ਲਿਆ ਫਿਊਚਰ ਚ ਆਪਾਂ ਅੱਗੇ ਦੇਖਾਂਗੇ ਆਈ نو ਦਿਸ ਮੈਨ ਇਹ ਹੁਣ ਸਾਰਿਆਂ ਨੂੰ ਪਤਾ ਸਾਨੂੰ ਵੀ ਇਹ ਸਿੰਪਲ ਪ੍ਰੈਜ਼ੈਂਟ ਚ ਜਾਂ ਪ੍ਰੈਜ਼ੈਂਟ ਇਨਡੈਫਿਨਿਟ ਕਹਿ ਲੋ ਸਬਜੈਕਟ ਵਰਬ ਦੀ ਪਹਿਲੀ ਫਾਰਮ ਅੱਗੇ ਆਬਜੈਕਟ ਹੁਣ ਆਪਾਂ ਕੀ ਕਰਾਂਗੇ ਉਸ ਤੋਂ ਬਾਅਦ ਇਹਨੂੰ ਜਦੋਂ ਚੇਂਜ ਕਰਾਂਗੇ ਹੀ ਵਿਲ ਸੇ ਇਹਦਾ ਸੇਮ ਆ ਗਿਆ ਕਾਮਾ ਹਟਾ ਕੇ ਇੱਥੇ ਦੈਟ ਆ ਗਿਆ ਉਸ ਤੋਂ ਬਾਅਦ ਆਈ ਦਾ ਕੀ ਬਣੂਗਾ ਇੱਥੇ ਕਰਿਆ ਸੀ ਹੀ ਹੀ ਹੁਣ ਇਹ ਸਿੰਪਲ ਪ੍ਰੈਜ਼ੈਂਟ ਦਾ ਹੀ ਦੇ ਨਾਲ ਆਪਾਂ ਕੱਲਾ ਨੋ ਨਹੀਂ ਨਾ ਲਿਖ ਸਕਦੇ ਇੱਥੇ ਆਈ ਸੀ ਉਹਦੇ ਨਾਲ ਤਾਂ ਕੱਲਾ ਨੋ ਆਉਂਦਾ ਬਰਬ ਦੀ ਫਰਸਟ ਫਾਰਮ ਐਸ ਸੀ ਐਸ ਨਹੀਂ ਲੱਗਦੇ ਹੁੰਦੇ ਇੱਥੇ ਲੱਗੂਗਾ ਕਿਉਂਕਿ ਹੀ ਸਿੰਗੂਲਰ ਆ ਹੀ ਦੇ ਨਾਲ ਨੋਜ਼ ਲੱਗ ਗਿਆ ਹੀ ਨੋਜ਼ ਤੇ ਦਿਸ ਦਾ ਬਣਦਾ ਹੁੰਦਾ ਥੈਟ ਥੈਟ ਮੈਨ ਹੁਣ ਇੱਥੇ ਤੁਸੀਂ ਫੇਰ ਸੋਚ ਰਹੇ ਹੋਵੋਗੇ ਵੀ ਦਿਸ ਦਾ ਥੈਟ ਬਣ ਗਿਆ ਵੀ ਇਹੋ ਜਿਹੇ ਹੋਰ ਸ਼ਬਦ ਵੀ ਹੋਣਗੇ ਸਾਨੂੰ ਉਹ ਵੀ ਕਰਾ ਦਿਓ ਅਗਲੀ ਵੀਡੀਓ ਦੇ ਵਿੱਚ ਇਹ ਵੀ ਆਪਾਂ ਕਵਰ ਕਰ ਲਾਂਗੇ ਇੱਕ ਵਾਰੀ ਤੁਸੀਂ ਇਹ ਯਾਦ ਆ ਰੱਖ ਲਓ ਵੀ ਦਿਸਦਾ 댓 ਬਣਦਾ ਹੁੰਦਾ ਹੀ ਨੋਜ਼ 댓 ਮੈਨ ਇੱਥੇ ਵੀ ਸਿੰਪਲ ਪ੍ਰੈਜ਼ੈਂਟ ਚ ਆ ਇੱਥੇ ਵੀ ਸਿੰਪਲ ਪ੍ਰੈਜ਼ੈਂਟ ਚ ਆ ਆਪਾਂ ਚੇਂਜ ਨਹੀਂ ਕਰਿਆ ਟੈਂਸ ਕਿਉਂਕਿ ਜਿਹੜਾ ਸਾਡਾ ਰਿਪੋਰਟਿੰਗ ਵਰਬ ਸੀ ਉਹ ਫਿਊਚਰ ਚ ਸੀ ਇਹਨੂੰ ਧਿਆਨ ਨਾਲ ਸੁਣੋ ਧਿਆਨ ਬਣਾ ਕੇ ਰੱਖੋ ਦੂਜੀ ਗੱਲ ਆ ਗਈ ਆਪਣੇ ਕੋਲ ਇੱਕ ਆਪਾਂ ਉਦਾਹਰਨ ਹੋਰ ਲੈ ਲੈਨੇ ਆ ਹੀ ਵਿਲ ਸੇ ਦਾ ਬாய் ਵਾਸ ਲੇਜੀ ਵਿਲ ਸੇ ਆ ਗਿਆ ਹਨਾ ਲਓ ਜੀ ਫਿਊਚਰ ਕੱਢ ਲਿਆ ਇਹਦਾ ਮਤਲਬ ਇਨਵਰਟਡ ਕਾਮਾ ਚ ਜਿਹੜਾ ਵਾਕ ਲਿਖਿਆ ਅਸੀਂ ਉਹਦਾ ਟੈਂਸ ਚੇਂਜ ਨਹੀਂ ਕਰ ਸਕਦੇ ਹੁਣ ਦੇਖੋ ਦਾ ਬாய் ਵਾਸ ਲੇਜੀ ਮਤਲਬ ਇਹ ਸਿੰਪਲ ਪਾਸਟ ਚ ਲਿਖਿਆ ਹੋਇਆ ਇਹ ਨੂੰ ਵੀ ਆਪਾਂ ਸੇਮ ਹੀ ਰੱਖਾਂਗੇ ਨਹੀਂ ਬਦਲਣਾ ਇੱਥੇ ਲਿਖਾਂਗੇ ਹੀ ਤੁਸੀਂ ਆਪ ਨਾਲ ਨਾਲ ਸੋਚੋ ਕੀ ਬਣੂ ਹੀ ਵਿਲ ਸੇ ਆ ਕਾਮਾ ਟਾ ਕੇ ਇਨਵਰਟਡ ਕਾਮਾ ਦੇ ਵੀ ਚੱਕ ਦਾਂਗੇ 댓 ਆ ਜਾਊਗਾ 댓 ਅੱਗੇ ਦੇਖੋ ਹਣਾ ਦਾ ਬੋਏ ਸੀ ਆਪਾਂ ਇੱਥੇ ਗੱਲ ਕਰੀ ਸੀ ਨਾ ਦਾ ਬੋਏ ਜਦੋਂ ਕੋਈ ਨਾਉਨ ਆ ਜੇ ਤਾਂ ਫਿਰ ਉਹ ਮੇਰੇ ਜੁੱਦਾ ਬੋਏ ਤਾਂ ਟੈਂਸ ਦਾ ਆਪਾਂ ਚੇਂਜ ਕਰਨਾ ਹੀ ਨਹੀਂ ਹੁੰਦਾ ਵਾਸ ਲੇਜੀ ਲਓ ਜੀ ਸੇਮ ਦਾ ਸੇਮ ਰਹਿ ਗਿਆ ਆਪਾਂ ਕੱਲਾ ਡੈਟ ਲਾਤਾ ਕਿਉਂਕਿ ਟੈਂਸ ਆਪਾਂ ਚੇਂਜ ਨਹੀਂ ਕਰਨਾ ਹੁੰਦਾ ਠੀਕ ਹੈ ਜੀ ਅੱਜ ਵਾਲਾ ਜਿਹੜਾ ਰੂਲ ਨੰਬਰ 1 ਸੀ ਉਹ ਮੈਨੂੰ ਲੱਗਦਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਜ ਗਿਆ ਹੋਊਗਾ ਵੀ ਜਦੋਂ ਰਿਪੋਰਟਿੰਗ ਵਰਬ ਆ ਜਿਹੜਾ ਉਹ ਪ੍ਰੈਜ਼ੈਂਟ ਜਾਂ ਫਿਊਚਰ ਚ ਆ ਜੇ ਤਾਂ ਜਿਹੜੀ ਆਹ ਗੱਲ ਕੌਮਿਆਂ ਚ ਲਿਖੀ ਹੁੰਦੀ ਆ ਆਪਾਂ ਸਿੱਧਾ ਦੇਸੀ ਤਰੀਕੇ ਨਾਲ ਕਰਦੇ ਆਂ ਕੌਮਿਆਂ ਚ ਲਿਖੀ ਹੁੰਦੀ ਆ ਅਸੀਂ ਉਹਦਾ ਟੈਨਸ਼ਨ ਨਹੀਂ ਚੇਂਜ ਕਰਦੇ ਅਸੀਂ ਉਹਦਾ ਟੈਨਸ ਪਤਾ ਕਰ ਲੈਨੇ ਆਂ ਵੀ ਇੱਥੇ ਪ੍ਰੈਜ਼ੈਂਟ ਕੰਟੀਨਿਊਸ ਸੀ ਥੱਲੇ ਵੀ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਲਿਖਤਾ ਇੱਥੇ ਭਾਈ ਸਾਡੇ ਕੋਲੇ ਸਿੰਪਲ ਪਾਸਟ ਸੀ ਅਸੀਂ ਸਿੰਪਲ ਪਾਸਟ ਜੀ ਲਿਖਤਾ ਇੱਥੇ ਸਾਡੇ ਕੋਲੇ ਸਿੰਪਲ ਪ੍ਰੈਜ਼ੈਂਟ ਸੀ ਅਸੀਂ ਸਿੰਪਲ ਪ੍ਰੈਜ਼ੈਂਟ ਜੀ ਲਿਖਤਾ ਅਸੀਂ ਟੈਨਸ ਨਹੀਂ ਚੇਂਜ ਕਰਿਆ ਇਹ ਪਹਿਲਾ ਰੂਲ ਠੀਕ ਹੈ ਜੀ ਜੇ ਫੇਰ ਵੀ ਤੁਹਾਨੂੰ ਇਹ ਰੂਲ 'ਚ ਕੋਈ ਡਾਊਟ ਜਾਂ ਕਨਫਿਊਜ਼ਨ ਹੈ ਤਾਂ ਤੁਸੀਂ ਉਹ ਕਮੈਂਟ ਕਰਕੇ ਜਰੂਰ ਪੁੱਛੋ ਆਪਾਂ ਉਹਦਾ ਹੱਲ ਕਰਾਂਗੇ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਹੁਣ ਆਪਾਂ ਪਾਰਟ 3 ਅਪਲੋਡ ਕਰਾਂਗੇ ਤੁਹਾਨੂੰ ਨੋਟੀਫਿਕੇਸ਼ਨ ਆਜੂ ਤੇ ਤੁਸੀਂ ਖੋਲ ਕੇ ਦੇਖ ਲਓਗੇ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ